ਤਾਂ ਕਈ ਘੰਟਿਆਂ ਦੀ ਜੱਦੋ ਜਹਿਦ ਤੋਂ ਬਾਅਦ ਟਾਵਰ 'ਤੇ ਚੜ੍ਹੇ ਨਿਹੰਗ ਸਿੰਘਾਂ ਨੂੰ ਥੱਲੇ ਉਤਾਰਿਆ ਗਿਆ। ਦੱਸ ਦਈਏ ਕਿ ਮੋਗਾ ਦੇ ਵਿੱਚ ਇੱਕ ਮੇਲਾ ਲੱਗਿਆ ਹੋਇਆ ਸੀ, ਉਸ ਮੇਲੇ ਦੇ ਵਿੱਚ ਗਾਣੇ ਚੱਲਦੇ ਸੀ, ਤਾਂ ਇਹਨਾਂ ਗਾਣਿਆਂ ਨੂੰ ਲੈ ਕੇ ਨਿਹੰਗ ਸਿੰਘਾਂ ਦੇ ਵੱਲੋਂ ਰੋਸ ਪ੍ਰਗਟ ਕੀਤਾ ਗਿਆ ਔਰ ਗਾਣੇ ਬੰਦ ਕਰਵਾਉਣ ਨੂੰ ਲੈ ਕੇ ਟਾਵਰ 'ਤੇ ਚੜ੍ਹ ਗਏ ਸੀ। ਤਾਂ ਹੁਣ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਭਰੋਸਾ ਦੇ ਕੇ ਨੀਚੇ ਉਤਾਰੇ ਗਏ ਨੇ ਕਿ ਇਸ ਮੇਲੇ ਦੇ ਵਿੱਚ ਲੱਗੇ ਗਾਣਿਆਂ ਨੂੰ ਬੰਦ ਕੀਤਾ ਜਾਵੇਗਾ। ਇੰਪਰੂਵਮੈਂਟ ਟਰੱਸਟ ਦੇ ਵੱਲੋਂ ਇਹ ਮੇਲਾ ਜਿਹੜਾ ਲਗਾਇਆ ਗਿਆ ਸੀ, ਗਾਣੇ ਬੰਦ ਕਰਵਾਉਣ ਨੂੰ ਲੈ ਕੇ ਨਿਹੰਗ ਸਿੰਘ ਨੇ ਜਿਹੜੇ ਟੈਲੀਫੋਨ ਐਕਸਚੇਂਜ ਦੇ ਟਾਵਰ 'ਤੇ ਚੜ੍ਹੇ ਹੋਏ ਸੀ। ਇਹਨਾਂ ਨੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ, ਪਰ ਮੋਗਾ ਦੇ ਇੰਪਰੂਵਮੈਂਟ ਟਰੱਸਟ ਦੇ ਵੱਲੋਂ ਮੇਲਾ ਲਗਾਇਆ ਜਾ ਰਿਹਾ ਅਤੇ ਉਸ ਮੇਲੇ ਦੇ ਵਿੱਚ ਲੱਚਰ ਗਾਣੇ ਲੱਗ ਰਹੇ ਨੇ ਅਤੇ ਲੋਕ ਉਹਨਾਂ ਗਾਣਿਆਂ 'ਤੇ ਨੱਚ ਰਹੇ ਨੇ। ਗਾਣਿਆਂ ਦੇ ਖਿਲਾਫ ਔਰ ਮੇਲੇ ਦੇ ਖਿਲਾਫ ਇਹ ਨਿਹੰਗ ਸਿੰਘਾਂ ਦੇ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ। ਟਾਵਰ 'ਤੇ ਚੜ੍ਹ ਕੇ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਇਸ ਮੇਲੇ ਨੂੰ ਬੰਦ ਕਰਵਾਇਆ ਜਾਵੇ। ਤਾਂ ਹੁਣ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਨਿਹੰਗਾਂ ਦੀ ਗੱਲ ਮੰਨਣੀ ਪਈ, ਜਿਹੜੇ ਗਾਣੇ ਨੇ ਉਹ ਬੰਦ ਕਰਵਾਏ ਗਏ ਨੇ। ਦੱਸ ਦਈਏ ਕਿ ਇੰਪਰੂਵਮੈਂਟ ਟਰੱਸਟ ਦੀ ਜਗ੍ਹਾ ਦੇ ਵਿੱਚ ਇਹ ਮਨੋਰੰਜਨ ਮੇਲਾ ਲਗਾਇਆ ਜਾ ਰਿਹਾ ਸੀ, ਜਿਸ ਦੇ ਵਿੱਚ ਝੂਲੇ, ਸਟਾਲ ਅਤੇ ਮੈਜਿਕ ਸ਼ੋਅ ਚੱਲ ਰਹੇ ਸੀ ਅਤੇ ਲੋਕ ਉੱਥੇ ਗਾਣਿਆਂ 'ਤੇ ਨੱਚ ਰਹੇ ਸੀ। ਤਾਂ ਇਹਨਾਂ ਨਿਹੰਗਾਂ ਦੇ ਵੱਲੋਂ ਇਤਰਾਜ਼ ਕੀਤਾ ਗਿਆ ਕਿ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਪਰ ਲੋਕ ਇੱਥੇ ਨੱਚ ਰਹੇ ਨੇ, ਤਾਂ ਇਹਨਾਂ ਗਾਣਿਆਂ ਨੂੰ ਬੰਦ ਕੀਤਾ ਜਾਵੇ। ਰੋਸ ਵਜੋਂ ਇਹ ਟਾਵਰ 'ਤੇ ਚੜ੍ਹ ਗਏ ਸੀ। ਤਾਂ ਹੁਣ ਕਈ ਘੰਟਿਆਂ ਦੀ ਜੱਦੋ ਜਹਿਦ ਬਾਅਦ ਗਾਣੇ ਬੰਦ ਕਰਵਾ ਕੇ ਇਹਨਾਂ ਨਿਹੰਗ ਸਿੰਘਾਂ ਨੂੰ ਥੱਲੇ ਉਤਾਰਿਆ ਗਿਆ। ਇੱਕ ਸਵੇਰੇ ਅੱਜ ਅਰਲੀ ਮੋਰਨਿੰਗ 9:30 VSNL ਟਾਵਰ ਮੋਗਾ ਵਿੱਚ ਦੁਸਹਿਰਾ, ਪੁਰਾਣੇ ਦੁਸਹਿਰਾ ਗਰਾਊਂਡ 'ਤੇ ਕਰਮਜੀਤ ਸਿੰਘ ਸਨ ਆਫ ਲਾਲ ਸਿੰਘ ਵਾਸੀ ਲੰਡੇ ਕੇ ਜਥੇਦਾਰ ਹੈ, ਇਹ ਚੜ੍ਹ ਗਿਆ, ਉੱਪਰ ਚੜ੍ਹ ਗਿਆ। ਇਹ ਕਹਿੰਦਾ ਵੀ ਇੰਪਰੂਵਮੈਂਟ ਟਰੱਸਟ ਦਾ ਜਿਹੜਾ ਮੇਲਾ ਚੱਲ ਰਿਹਾ ਉਹਨੂੰ ਬੰਦ ਕਰਾਓ। ਉਹ ਇੰਪਰੂਵਮੈਂਟ ਟਰੱਸਟ 'ਚ ਜਿਹੜਾ ਮੇਲਾ ਚੱਲ ਰਿਹਾ ਉਹਦੇ 'ਚ DJ ਜਾਂ ਗੰਦੇ ਗਾਣੇ ਜਾਂ ਕੋਈ ਹੋਰ ਉੱਦਾਂ ਦੀਆਂ ਮੂਵਮੈਂਟ ਚੱਲ ਰਹੀ ਆ। ਉਹ ਕਹਿੰਦੇ ਜੋ ਵੀ ਸ਼ਹੀਦੀ ਦਿਹਾੜੇ ਚੱਲ ਰਹੇ ਆ, ਸੋਗ ਸਮਾਚਾਰ ਚੱਲ ਰਿਹਾ, ਸੋਗ ਲਹਿਰ ਚੱਲ ਰਹੀ ਆ, ਚਾਰ ਸਾਹਿਬਜ਼ਾਦੇ ਬਾਬਾ ਜੀ ਦੇ ਸ਼ਹੀਦ ਹੋਏ ਸੀਗੇ, ਕਿਉਂਕਿ 28 ਤਰੀਕ ਤੱਕ ਇਹ ਪ੍ਰੋਗਰਾਮ ਚੱਲ ਰਿਹਾ ਅਤੇ ਉਸ ਨੂੰ ਜੋ ਵੀ ਜਸ਼ਨ ਮਨਾ ਰਹੇ ਆ ਉਹਨੂੰ ਬੰਦ ਕਰਾਓ। ਮੇਰੀ ਮੰਗ ਇੱਕੋ ਹੀ ਆ, ਕਹਿੰਦੇ ਵੀ ਜੋ ਵੀ ਇੰਪਰੂਵਮੈਂਟ ਟਰੱਸਟ 'ਚ ਹੈ ਮੇਲਾ ਚੱਲ ਰਿਹਾ ਉਹਨੂੰ ਬੰਦ ਕਰਾਓ, ਫਿਰ ਉਸ ਤੋਂ ਬਾਅਦ ਮੈਂ ਨੀਚੇ ਆਊਂਗਾ। ਪਰ ਅਸੀਂ ਡੀ ਸਾਹਿਬ ਦੀ ਮਾਨਯੋਗ ਐਸ ਸਿੰਘ ਸਾਹਿਬ ਦੀ ਬਦੌਲਤ ਮੈਂ ਇੱਥੇ ਉਹਨਾਂ ਨੂੰ ਸਮਝਾਉਣ ਆਏ ਹਾਂ। ਅਸੀਂ ਪ੍ਰਸ਼ਾਸਨ ਸਾਰਾ ਕੋਸ਼ਿਸ਼ ਕਰ ਰਿਹਾ ਵੀ ਇਹਨਾਂ ਨੂੰ ਸਮਝਾ ਕੇ ਵਜਾ ਕੇ ਅਸੀਂ ਇਹਨਾਂ ਨੂੰ ਨੀਚੇ ਲੈ ਕੇ ਆਈਏ ਅਤੇ ਅਸੀਂ ਜੋ ਵੀ ਉੱਥੇ ਪ੍ਰੋਗਰਾਮ ਚੱਲ ਰਿਹਾ ਉਹਨੂੰ ਆਪਾਂ ਉੱਥੇ ਜਿਹੜਾ ਬੰਦ ਕਰਾਤਾ। ਮਾਨਯੋਗ ਐਸ ਸਿੰਘ ਸਾਹਿਬ ਜੀ ਨਾਲ ਗੱਲਬਾਤ ਚੱਲ ਰਹੀ ਆ, ਉਹ ਕਹਿੰਦੇ ਸਪੀਕਰ ਬੰਦ ਕਰਾਤੇ ਅਸੀਂ ਅਤੇ ਉਸ ਤੋਂ ਬਾਅਦ ਅਸੀਂ ਕੀਰਤਨ ਜਾਂ ਉੱਥੇ ਕੋਈ ਸਮਾਗਮ ਮਤਲਬ ਸੱਭਿਆਚਾਰ ਨੂੰ ਬੰਦ ਕਰਾ ਕੇ ਗੁਰਬਾਣੀ ਦਾ ਪ੍ਰੋਗਰਾਮ ਉੱਥੇ ਅਸੀਂ ਸਾਰਾ ਚਲਾ ਰਹੇ ਹਾਂ। ਉਸ ਤੋਂ ਬਾਅਦ ਇਹ ਜਾਣੀ ਕਿ ਉਹ ਪ੍ਰੋਗਰਾਮ ਨੂੰ ਅਸੀਂ ਬੰਦ ਕਰਾ ਰਹੇ ਹਾਂ। ਮਾਨਯੋਗ ਐਸ ਸਿੰਘ ਸਾਹਿਬ ਨੇ ਇਹ ਹੁਕਮ ਦਿੱਤਾ ਤੁਹਾਡੇ ਵੱਲੋਂ ਸਪੀਕਰ ਬੰਦ ਕਰਾਇਆ, ਪਰੰਤੂ ਇਹਨਾਂ ਵੱਲੋਂ ਕਿਹਾ ਗਿਆ ਮੇਲਾ ਬੰਦ ਕਰਾਉਣ ਵਾਸਤੇ? ਹਾਂ, ਇਹ ਕਹਿ ਰਿਹਾ ਜੀ ਬੰਦ ਕਰਾਓ, ਪਰ ਉਹ ਜੋ ਸਰਕਾਰ ਇਹਨਾਂ ਦੀ ਮਨਜ਼ੂਰੀ ਜੋ ਵੀ ਹੋਊਗੀ ਉਸੇ ਤਰ੍ਹਾਂ ਹੀ ਅਸੀਂ ਜੋ ਪ੍ਰਸ਼ਾਸਨ ਦੀ ਦੇ ਅਕੋਰਡਿੰਗ ਹੀ ਚੱਲਾਂਗੇ ਅਸੀਂ ਅਤੇ ਉਹਨੂੰ ਜਿਵੇਂ ਵੀ ਐਜ ਇਟ ਐਜ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਉਹ ਜਿਹੜਾ DJ ਵਗੈਰਾ ਉਹ ਬੰਦ ਕੀਤੇ ਜਾਣ। ਟਾਵਰ ਦੇ ਉੱਪਰ ਕਿੰਨੇ ਨੇ ਚੜ੍ਹੇ ਹੋਏ ਅਸੀਂ? ਟਾਵਰ ਉੱਪਰ ਇੱਕ ਜਣਾ ਚੜ੍ਹਿਆ ਹੋਇਆ ਜੀ, ਇੱਕ ਉਹਦਾ ਸਾਥੀ ਕੋਈ ਨਾਲ ਆਇਆ, ਉਹਨੂੰ ਸਮਝਾ ਕੇ ਬੁਝਾ ਕੇ ਉਹਨੂੰ ਨੀਚੇ ਲਿਆ ਰਹੇ ਹਾਂ ਅਸੀਂ ਅਤੇ ਉਹਨੂੰ ਅਸੀਂ ਵਿਸ਼ਵਾਸ ਦਵਾ ਰਹੇ ਹਾਂ ਵੀ ਇਹ ਅਸੀਂ ਪ੍ਰੋਗਰਾਮ ਜੋ ਵੀ ਆ ਇਹਨੂੰ ਬੰਦ ਕਰਾ ਰਹੇ ਹਾਂ ਅਸੀਂ ਜਲਦੀ ਤੋਂ ਜਲਦੀ। ਮਾਨਯੋਗ ਐਸ ਸਿੰਘ ਸਾਹਿਬ ਹੁਕਮ ਦੇ ਰਹੇ ਆ, ਸਪੀਕਰ ਵੀ ਬੰਦ ਕਰਾ ਰਹੇ ਆ ਅਤੇ ਉਹਨਾਂ ਨੂੰ ਜੋ ਵੀ DJ ਚੱਲ ਰਹੇ ਆ ਉਹ ਵੀ ਬੰਦ ਕਰਾ ਰਹੇ ਆ।